ਹਾਂਜੀ ਆਪਾਂ ਗੱਲ ਕਰਦੇ ਆਂ ਜੋ ਆਪਾਂ ਵੀਡੀਓ ਦੇ ਵਿੱਚ ਬਰਾਂਡਾ ਵਿਖਾਉਂਦੇ ਹੁੰਦੇ ਸੀ ਬਾਸ ਵਾਲਾ ਉਹਦੀ ਛੱਤ ਆਪਾਂ ਬਾਸ ਦੀ ਪਾਈ ਹੈ ਤਾਂ ਜੇ ਆਪਾਂ ਤੇ ਖਰਚੇ ਦੀ ਗੱਲ ਕਰਦੇ ਆਂ ਜਾਂ ਉਹਦੇ ਫਾਇਦਿਆਂ ਦੀ ਗੱਲ ਕਰਦੇ ਆਂ ਤਾਂ ਇਸ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਬਣੇ ਰਹੋ ਤਾਂ ਆਪਾਂ ਦੱਸ ਦਿਆਂ ਕਿ ਸਾਰਾ ਖਰਚ ਕਿੰਨਾ ਆਉਂਦਾ ਤੇ ਬਚਦਾ ਕਿੱਥੇ ਹੈ ਆਪਾਂ ਨੇ ਕੀ ਕੀਤਾ ਸੀ ਇਹ 14x40 ਦਾ ਬਰਾਂਡਾ ਪਾਇਆ ਸੀਗਾ ਤੇ ਜਿਹਦੇ ਚ ਜੇ ਆਪਾਂ ਹਿਸਾਬ ਕਿਤਾਬ ਲਾਈਏ ਤਾਂ ਕਿੱਥੇ ਕੀ ਬਚਦਾ ਤੇ ਇਹਦੇ ਫਾਇਦੇ ਕੀ ਨੇ ਪਹਿਲੀ ਗੱਲ ਤਾਂ ਇਹ ਛੱਤ ਹੈ ਜਿਹੜੀ ਉਹ ਠੰਡੀ ਰਹਿੰਦੀ ਹੈ ਕਿਉਂਕਿ ਗਰਮੀਆਂ ਦੇ ਵਿੱਚ ਦਿੱਕਤ ਨਹੀਂ ਆਉਂਦੀ ਸਿਆਲ ਦੇ ਵਿੱਚ ਬਾਸ ਗਰਮ ਰਹਿੰਦਾ ਹੈ। ਇਹਦੀ ਛੱਤ ਜਿਹੜੀ ਇਸ ਕਰਕੇ ਕਾਮਯਾਬ ਹੈ। ਦੂਸਰਾ ਇਹਦਾ ਖਰਚਾ ਜਿਹੜਾ ਉਹ ਨਾਰਮਲ ਨਾਲੋਂ ਕਾਫੀ ਘੱਟ ਹੈ। ਤੇ ਕਿਉਂਕਿ ਇੱਟਾਂ ਤੇ ਸੇਮ ਹੀ ਖਰਚ ਆਉਣਾ। ਕੰਦਾ ਤਾਂ ਆਪਾਂ ਨੂੰ ਕੱਢਣੀਆਂ ਪੈਣੀਆਂ। ਉਸ ਤੋਂ ਬਾਅਦ ਜਿਹੜਾ ਲੋਹਾ ਯੂਜ਼ ਕਰਦੇ ਆ ਜਿਵੇਂ ਇਹਦੇ ਵਿੱਚ ਗਾਡਰ ਵਰਤੇ ਗਏ ਨੇ ਤੇ ਕਾਫੀ ਲੋਕ ਜਦੋਂ ਕੋਈ ਵੀ ਛੱਤ ਪਾਉਂਦੇ ਆ ਤਾਂ ਕਿਤੇ ਸਰੀਆ ਵਰਤਿਆ ਜਾਂਦਾ। ਤਾਂ ਜਾਂ ਗਾਡਰ ਜਾਂ ਚੈਨਲ ਇਹ ਆਪਾਂ ਸਾਰੇ ਵਰਤਦੇ ਆ। ਤਾਂ ਉਸ ਤੋਂ ਬਾਅਦ ਜਿਹੜੀ ਆਪਾਂ ਮੇਨ ਛੱਤ ਦੀ ਗੱਲ ਕਰਦੇ ਆਂ ਵੀ ਛੱਤ ਦਾ ਕਿੰਨਾ ਖਰਚਾ ਦੇਖੋ ਗਾਡਰਾਂ ਤੇ ਇੱਟਾਂ ਤੇ ਕੋਈ ਖਰਚ ਨਹੀਂ ਘਟਦਾ ਤਾਂ ਜਿਹੜਾ ਬਾਸ ਆਪਾਂ ਨੇ ਪਾਇਆ ਬਾਸ ਦੇ ਵਿੱਚ ਆਪਾਂ ਕੀ ਕੀ ਵਰਤਿਆ ਛੱਤ 'ਚ ਉਹ ਹੈਗਾ ਸਭ ਤੋਂ ਪਹਿਲਾਂ ਬਾਸ ਉਸ ਤੋਂ ਬਾਅਦ ਇੱਕ ਕੱਟਿਆ ਹੋਇਆ ਬਾਸ ਹੁੰਦਾ ਜਿਹਨੂੰ ਬਾਸ ਦੀ ਸਿਰ ਕੀ ਕਹਿੰਦੇ ਨੇ ਉਸ ਤੋਂ ਬਾਅਦ ਆਪਾਂ ਨੇ ਕਾਨੇ ਯੂਜ਼ ਕੀਤੇ ਕਿਉਂਕਿ ਕਾਨੇ ਤਾਂ ਯੂਜ਼ ਕੀਤੇ ਸੀ ਜਿਹੜਾ ਛੱਤ ਉਹ ਜ਼ਿਆਦਾ ਸੰਘਣੀ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਨੇ ਪੰਨੀ ਯੂਜ਼ ਕੀਤੀ ਇਹਦੇ ਉੱਪਰ ਪੰਨੀ ਪਾਈ ਫਿਰ ਆਪਾਂ ਨੇ ਇਹਦੇ ਉੱਪਰ ਕਾਗਜ਼ ਜਿਹੜਾ ਕਿ ਇਹ ਸੀਗਾ ਵੀ ਪਰਾਂਡਾ ਟਿਪਕੇ ਨਾਲ ਜਦੋਂ ਤਾਂ ਫਿਰ ਆਪਾਂ ਨੇ ਇਹਦੇ ਉੱਪਰ ਮਿੱਟੀ ਪਾਈ ਜਿਹਦੇ ਨਾਲ ਪੂਰੀ ਸੇਫਟੀ ਬਣਦੀ ਹੈ ਟਪਕਦਾ ਨਹੀਂ ਹੈਗਾ ਮੀਂਹ ਕਣੀ ਚ ਕੋਈ ਦਿੱਕਤ ਨਹੀਂ ਆਉਂਦੀ ਉੱਪਰ ਫਿਰਨ ਦੀ ਵੀ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਆਪਾਂ ਨੇ 8 9 ਇੰਚ ਦੇ ਹੀ ਬਾਸ ਪਾਇਆ ਤਾਂ ਜਿਹੜਾ ਖਰਚਾ ਸਲੇਬਾਂ ਨਾਲੋਂ ਤਿੰਨ ਗੁਣਾ ਖਰਚਾ ਘੱਟ ਹੈ ਕਿਉਂਕਿ ਇੱਕ ਸਲੇਬ 300 ਰੁਪਏ ਦੀ ਆਉਂਦੀ ਹੈ ਜੇ 14 ਬਾ 40 ਦਾ ਆਪਾਂ ਦੇਖੀਏ ਤਾਂ ਠੀਕ 1000 ਰੁਪਏ ਖਰਚਾ ਬਣਦਾ ਕੱਲੀਆਂ ਸਲੇਬਾਂ ਦਾ ਜਿਹੜਾ ਬਾਸ ਦਾ ਖਰਚਾ ਹੈ ਉਹ ਸਿਰਫ 9000 ਰੁਪਏ ਜਿਹੜਾ ਕੱਲਾ ਮਾਸਕ ਖਰੀਦਿਆ ਸੀ ਆਪਣੇ ਇਸ ਕਰਕੇ ਇਹਦਾ ਖਰਚਾ ਬਹੁਤ ਘੱਟ ਆ ਸੋ ਧੰਨਵਾਦ ਜੀ ਹਾਂਜੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੁੜੇ ਰਹੋ ਜੀ ਮੀਡੀਆ ਵੇਖਣ ਲਈ